ਅਸੀਂ ਕੋਈ ਪੰਛੀ ਨਾ ਜਾਨਵਰ ਛੱਡੇ। ਇੱਥੋਂ ਤੱਕ ਚੂਹਿਆਂ ਦੀ ਪੂਜਾ ਹੋ ਰਹੀ ਹੈ ਇਸ ਦੇਸ਼ ਦੇ ਵਿੱਚ, ਬਾਂਦਰਾਂ ਦੀ ਪੂਜਾ ਹੋ ਰਹੀ ਹੈ, ਪੱਥਰਾਂ ਦੀ ਪੂਜਾ ਹੋ ਰਹੀ ਹੈ ਜਿਹ 'ਚ ਜਾਨ ਨਹੀਂ ਹੈ, ਦਰੱਖਤਾਂ ਦੀ ਪੂਜਾ ਅਸੀਂ ਕਰ ਰਹੇ। ਦੇਖੋ ਜਿਹੜਾ ਜ਼ਹਿਰੀਲਾ ਜਾਨਵਰ ਹੈ, ਸੱਪ ਕਿਸੇ ਨੂੰ ਬਖਸ਼ਦਾ ਨਹੀਂ, ਅਸੀਂ ਉਹਦੀ ਵੀ ਪੂਜਾ ਕਰ ਰਹੇ। ਉਹ ਜਦੋਂ ਉਹਦਾ ਦਿਨ ਆਉਂਦਾ, ਬੀਬੀਆਂ ਵਿਆਹਦੀਆਂ ਜਾਂਦੀਆਂ, ਦੱਸੋ ਇਹ ਕਿਹੜੀ ਪੂਜਾ ਹੈ? ਕਿਉਂ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਟੇਕ ਰੱਖਦੇ? ਇਹ ਬਾਣੀ ਜਿਹੜੀ ਧੁਰਕੀ ਬਾਣੀ ਆਈ, ਜਨ ਸਗਲੀ ਚੰਤ ਮਟਾਈ, ਅਸਲ ਬਾਣੀ ਇਹ ਜਿਹੜੀ ਆ, ਇਹੀ ਗੁਰੂ ਆ ਸਾਡਾ। ਹੋਰ ਗੁਰੂ ਜਿਹੜੇ ਆ, ਅਸੀਂ ਆਸਰਾ ਲੈਂਦੇ ਉਹਨਾਂ ਦਾ, ਪਰ ਉਹ ਵੀ ਤਾਂ ਉਹੀ ਗੱਲ ਕਰਦੇ ਆ। ਸਰੀਰ ਵਿੱਚ ਆ ਕੇ ਜਿਹਨਾਂ ਨੇ ਮਿਹਨਤ ਕੀਤੀ, ਕਮਾਈ ਕੀਤੀ, ਉਹਨਾਂ ਨੇ ਤਾਂ ਬਾਣੀ ਦੀ ਗੱਲ ਕੀਤੀ ਹੈ। ਜੋ ਬਾਣੀ ਸਾਨੂੰ ਫਰਮਾਉਂਦੀ ਹੈ, ਸਮਝਾਉਂਦੀ ਹੈ, ਅਸੀਂ ਇਹਨੂੰ ਸੁਣੀਏ ਔਰ ਇਹ 'ਤੇ ਅਮਲ ਕਰੀਏ। ਕੀ ਕਿਤੇ ਲਿਖਿਆ ਬਾਣੀ ਵਿੱਚ ਵੀ ਸੱਪ ਦੀ ਪੂਜਾ ਕਰੋ ਜਾਂ ਬਾਂਦਰਾਂ ਦੀ ਪੂਜਾ ਕਰੋ? ਕਿਤੇ ਨਹੀਂ ਲਿਖਿਆ, ਲੇਕਿਨ ਅਸੀਂ ਕਰ ਰਹੇ ਹਾਂ, ਅਸੀਂ ਮੰਨ ਨਹੀਂ ਰਹੇ। ਜਿਹਨਾਂ ਦੀ ਬਾਣੀ ਆ, ਤੀਸਰੀ ਪਾਤਸ਼ਾਹੀ ਮਹਾਰਾਜ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਆਪਣੀ ਬਾਣੀ 'ਚ ਫਰਮਾਇਆ, ਇਸ ਯੁੱਗ ਕਾ ਧਰਮ ਪੜ੍ਹੋ ਤੋਂ ਭਾਈ, ਪੂਰੇ ਸਤਿਗੁਰ ਸੋਝੀ ਪਾਏ। ਇਸ ਯੁੱਗ ਦਾ ਕਿਹੜਾ ਧਰਮ ਹੈ? ਉਹ ਨਾਮ ਹੈ, ਉਹ ਨਾਮ ਹੈ। ਇੱਥੇ ਅੱਗੇ ਹਰ ਨਾਮ ਸਿਖਾਈ, ਇੱਕ ਨਾਮ ਹੈ ਸਹਾਰਾ ਬਣਨਾ ਹੈ, ਬਾਕੀ ਕਿਸੇ ਨੇ ਸਹਾਰਾ ਨਹੀਂ ਬਣਨਾ। ਸਾਡੀ ਮੁਕਤੀ ਨਹੀਂ ਹੋਣੀ, ਅਸੀਂ ਜਿੰਨੇ ਮਰਜ਼ੀ ਵਰਤ ਨਰਤ ਪੂਜਾ ਪਾਠ ਕਰੀ ਜਾਈਏ, ਇਹਦੇ ਨਾਲ ਮੁਕਤੀ ਨਹੀਂ ਕਿਸੇ ਦੀ ਹੋਣੀ। ਅਸੀਂ ਮੁੜ ਕੇ ਫਿਰ 84 ਵਿੱਚ ਚਲੇ ਜਾਵਾਂਗੇ। ਸਾਨੂੰ ਮਨੁੱਖਾ ਜਨਮ ਮਿਲਿਆ ਵੱਡੇ ਭਾਗਾਂ ਨਾਲ, ਪਤਾ ਨਹੀਂ ਕਿੰਨੇ ਕਰੋੜ ਕਿੰਨੇ ਯੁੱਗ ਹੋ ਗਏ ਅਸੀਂ ਧੱਕੇ ਖਾਂਦੇ ਹੀ ਇਹ ਦੁਨੀਆਂ ਵਿੱਚ। ਅਗਰ ਅਸੀਂ ਹੁਣ ਵੀ ਨਹੀਂ ਸੰਭਲੇ ਤਾਂ ਇਹ ਨਾ ਸੋਚ ਲਿਓ ਕਿ ਮਨੁੱਖਾ ਜਨਮ ਮਿਲ ਜਾਏਗਾ, ਫਿਰ ਅਸੀਂ ਦੁੱਖਾਂ ਵਿੱਚ ਚਲੇ ਜਾਵਾਂਗੇ। ਇਹ ਨਾਮ ਜਪਣ ਦਾ ਵੇਲਾ ਹੈ, ਅਸੀਂ ਨਾਮ ਜਪੀਏ ਔਰ ਉਸ ਮਾਲਕ ਨੂੰ ਮਿਲੀਏ। ਇਹ ਪ੍ਰਭੂ ਸਾਡੇ ਅੰਦਰ ਹੀ ਆ, ਕਿਤੇ ਬਾਹਰ ਨਹੀਂ ਹੈ। ਇਹ ਜਿਹੜੀ ਤਾਕਤ ਰੱਖੀ ਆ, ਇਹ ਇਨਸਾਨ ਦੇ ਅੰਦਰ ਰੱਖੀ ਹੈ, ਬਾਹਰ ਨਹੀਂ ਰੱਖੀ। ਅਸੀਂ ਬਾਹਰ ਉਹਨੂੰ ਲੱਭਣ ਲੱਗੇ। ਇੱਕ ਇਤਿਹਾਸਕ ਕਹਾਣੀ ਆ, ਜਿਸ ਵਕਤ ਮਾਲਕ ਨੇ ਇਹ ਜੀਵੀ ਅਸਮਾਨ ਬਣਾਇਆ, ਦਿਨ ਰਾਤ ਬਣਾਏ, ਉਸ ਵਕਤ ਉਹਨੇ ਸੋਚਿਆ ਇਹ ਇਨਸਾਨ ਨੂੰ ਬਣਾਇਆ, ਹੁਣ 84 ਲੱਖ ਜੂਨਾਂ ਬਣਾਈਆਂ, ਫਿਰ ਆਪਣੇ ਵਰਗਾ ਇਹ ਇਨਸਾਨ ਬਣਾ ਦਿੱਤਾ। ਜਦੋਂ ਬਣਾ ਦਿੱਤਾ ਤਾਂ ਸੋਚਦਾ ਇਹ ਵੀ ਮੈਂ ਆਪਣੇ ਵਰਗੀ ਅਕਲ ਇਹਨੂੰ ਦੇ ਦਿੱਤੀ ਹੈ, ਪਰ ਇਹ ਸਭ ਤੋਂ ਪਹਿਲਾਂ ਮੈਨੂੰ ਹੀ ਪਕੜਨਾ ਹੈ। ਕਿਉਂ? ਇਨਸਾਨ ਜਿਹੜਾ ਆ, ਜਿਹੜਾ ਇਹਦੇ ਨਾਲ ਕੋਈ ਚੰਗੀ ਗੱਲ ਕਰਦਾ, ਕੋਈ ਚੰਗਾ ਭਲਾ ਕਰਦਾ, ਇਹ ਪਹਿਲਾਂ ਉਹਨੂੰ ਹੀ ਪਕੜਦਾ। ਇਹਦੇ 'ਚ ਇੱਕ ਕਰਤੂਤ ਹੈ ਸਾਡੀ। ਮਹਾਰਾਜ ਨੇ, ਉਸ ਮਾਲਕ ਨੇ ਕਿਹਾ ਵੀ ਇਹਨੂੰ ਮੈਨੂੰ ਹੀ ਪਹਿਲਾਂ ਲੱਭਣਾ ਹੈ, ਵੀ ਮੈਂ ਆਪਣੇ ਆਪ ਨੂੰ ਕਿੱਥੇ ਲੁਕਾਵਾਂ। ਉਹਨਾਂ ਦੇਵੀ ਦੇਵਤੇ ਵੱਡੇ ਵੱਡੇ ਇਕੱਠੇ ਕੀਤੇ, ਬਜ਼ੁਰਗ ਇਕੱਠੇ ਕੀਤੇ ਔਰ ਕਹਿਣ ਲੱਗਾ ਵੀ ਮੈਂ ਆਪਣੇ ਆਪ ਨੂੰ ਕਿੱਥੇ ਲੁਕਾਵਾਂ। ਕਹਿੰਦੇ ਹਿਮਾਲਾ ਦੀ ਗੋਦ ਵਿੱਚ ਲੁਕ ਜਾਓ। ਸਭ ਕਹਿੰਦੇ ਉਹ ਵੀ ਉਹਦੀ ਵੀ ਫਰੁੱਲਾ ਫਰਾਲੀ ਕਰਨੀ। ਕਹਿੰਦੇ ਸਮੁੰਦਰ ਦੀ ਤਹਿ ਵਿੱਚ ਲੁਕ ਜਾਓ, ਕਹਿੰਦੇ ਉੱਥੇ ਵੀ ਪਹੁੰਚ ਜਾਣਾ ਹੈ। ਚੰਦਰਮਾ 'ਤੇ ਲੁਕ ਜਾਓ, ਕਹਿੰਦੇ ਉੱਥੇ ਵੀ ਪਹੁੰਚ ਜਾਣਾ ਹੈ। ਇੱਕ ਸਿਆਣਾ ਉੱਠਿਆ, ਕਹਿੰਦਾ ਮਹਾਰਾਜ ਤੁਸੀਂ ਇੱਦਾਂ ਕਰੋ, ਇਹਦੇ ਅੰਦਰ ਹੀ ਵੜ ਲਓ, ਇਹ ਇਨਸਾਨ ਦੇ ਅੰਦਰ ਹੀ ਚਲੇ ਜਾਓ, ਇਹ ਬਾਹਰ ਲੱਭਣਾ ਤੁਸੀਂ ਲੱਭਣਾ ਨਹੀਂ। ਉਹ ਕਹਿੰਦਾ ਵੀ ਇਹਦੀ ਗੱਲ ਬੜੀ ਚੰਗੀ ਹੈ। ਉਹ ਇਨਸਾਨ ਦੇ ਅੰਦਰ ਵੜ ਗਿਆ, ਸਾਡੇ ਅੰਦਰ ਬੈਠਾ ਹੈ, ਪਰ ਅਸੀਂ ਉਹਨੂੰ ਬਾਹਰ ਲੱਭਦੇ। ਤੁਲਸੀ ਸਾਹਿਬ ਜੀ ਫਰਮਾਉਂਦੇ ਆ, ਦਿਲ ਕਾ ਉਜਰਾ ਸਾਫ਼ ਕਰ, ਜਾਣਾ ਕਿ ਆਨੇ ਕੇ ਲੀਏ, ਧਿਆਨ ਗਹਿਰੋਂ ਕਾ ਉਠਾ ਉਸਕੋ ਬਿਠਾਣੇ ਕੇ ਲੀਏ। ਤੁਲਸੀ ਸਾਹਿਬ ਜੀ ਫਰਮਾਉਂਦੇ ਆ, ਭਾਈ ਤੇਰੇ ਦਿਲ ਵਿੱਚ ਬੈਠਾ ਹੈ, ਤੂੰ ਉਹਨੂੰ ਲੱਭ। ਤੂੰ ਬਾਹਰ ਜਿਹੜਾ ਲੱਭ ਰਿਹਾ ਹੈ ਇਹ ਤੈਨੂੰ ਮਿਲਣਾ ਨਹੀਂ ਹੈ, ਔਰ ਜਿਹੜਾ ਉਜਰਾ ਆ ਇਹ ਅੰਦਰ ਹੈ, ਉਹ ਸਥਾਨ ਹੈ ਮਾਲਕ ਦਾ ਦਿਲ ਦੇ ਵਿੱਚ, ਉੱਥੇ ਮਾਲਕ ਬੈਠਾ ਹੈ। ਪਰ ਇੱਥੇ ਅਸੀਂ ਗੰਦਗੀ ਪਾਈ, ਕਦੇ ਅਸੀਂ ਮੀਟ ਸ਼ਰਾਬ ਪਾ ਦਿੰਦੇ ਹਾਂ, ਕਦੇ ਅਸੀਂ ਕੋਈ ਚੀਜ਼ ਪਾ ਦਿੰਦੇ ਹਾਂ, ਕਦੇ ਚੁਗਲੀ ਨਿੰਦਿਆ ਪਾ ਦਿੰਦੇ, ਵੈਰ ਵਿਰੋਧ ਪਾ ਦਿੰਦੇ ਹਾਂ। ਉਹ ਮਾਲਕ ਕਿੱਥੇ ਸਾਨੂੰ ਮਿਲੇਗਾ? ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਹਰੀ ਦੀ ਪੂਜਾ ਦੱਸ ਰਹੇ ਆ ਕਿ ਹਰੀ ਦੀ ਪੂਜਾ ਦੁਰਲੱਭ ਹੈ, ਇਹ ਲੱਭਣੀ ਨਹੀਂ ਹੈ, ਇਹ ਦੁਰਲੱਭ ਹੈ, ਇਹ ਬੜੀ ਉੱਤਮ ਚੀਜ਼ ਹੈ। ਭਾਈ ਜਿਹੜਾ ਕਰਦਾ ਹੈ ਉਹ ਇਨਸਾਨ ਵੀ ਉੱਤਮ ਹੋਏਗਾ।
ਸੋ ਗੁਰੂ ਸਾਹਿਬ ਜੀ ਹਰੀ ਦੀ ਪੂਜਾ ਦੱਸ ਰਹੇ ਆ, ਹੁਣ ਅੱਗੇ ਦੱਸਣਗੇ ਕਿ ਹਰੀ ਦੀ ਪੂਜਾ ਕਿਸ ਤਰ੍ਹਾਂ ਕਰਨੀ ਹੈ, ਕਿੱਦਾਂ ਅਸੀਂ ਉਹਦੇ ਤੱਕ ਪਹੁੰਚਣਾ ਹੈ। ਹਾਂਜੀ, ਹਰ ਕੀ ਪੂਜਾ ਦੁਲੰਭ ਹੈ ਸੰਤੋ, ਕਹਿਣਾ ਕਛੁ ਨਾ ਜਾਈ, ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ। ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਜਿੰਨੀ ਵੀ ਬਾਣੀ ਪੜ੍ਹੋ, ਪਹਿਲਾ ਸਵਾਲ ਆਉਂਦਾ ਹੈ, ਫਿਰ ਉਹਦਾ ਜਵਾਬ ਆਉਂਦਾ। ਹੁਣ ਪਹਿਲੀ ਤੁਕ ਵਿੱਚ ਗੁਰੂ ਸਾਹਿਬ ਜੀ ਨੇ ਹਰੀ ਦੀ ਪੂਜਾ ਦੱਸੀ ਹੈ, ਔਰ ਇਹ ਕਿਸ ਤਰ੍ਹਾਂ ਅਸੀਂ ਕਰਨੀ ਹੈ, ਕਿਸ ਤਰ੍ਹਾਂ ਹਰੀ ਨੇ ਸਾਨੂੰ ਮਿਲਣਾ ਹੈ, ਉਹ ਦੇਖੋ ਦੂਸਰੀ ਤੁਕ ਵਿੱਚ ਜਵਾਬ ਦੇ ਰਹੇ। ਸੰਤੋ ਗੁਰਮੁਖ ਪੂਰਾ ਪਰ, ਇੱਥੇ ਪੂਰੇ ਦਾ ਹਵਾਲਾ ਦਿੱਤਾ ਹੈ ਕਿ ਕੋਈ ਸੰਤ ਮਹਾਤਮਾ ਕੋਈ ਅਧੂਰਾ ਨਾ ਲੱਭ ਲਿਓ, ਉਹ ਵੀ ਪੂਰਾ ਹੋਣਾ ਚਾਹੀਦਾ ਹੈ। ਜਿਹਨੇ ਆਪ ਮਿਹਨਤ ਕੀਤੀ, ਕਮਾਈ ਕੀਤੀ ਹੈ, ਜਿਹਨੇ ਉਸ ਹਰੀ ਨੂੰ ਪਾਇਆ ਹੈ, ਉਹ ਲੱਭਿਓ, ਕਿਸੇ ਝੂਠਾ ਨਾ ਲੱਭ ਲਿਓ। ਦੁਨੀਆਂ ਦੇ ਵਿੱਚ ਬਹੁਤ ਝੂਠੇ ਸੰਤ ਮਹਾਤਮਾ ਬਣ ਚੁੱਕੇ ਨੇ, ਕੋਈ ਕਾਪੀਆਂ ਕਰਕੇ ਬਣਦੇ ਆ, ਨਕਲਾਂ ਕਰਕੇ ਬਣਦੇ ਆ ਇੱਕ ਦੂਸਰੇ ਦੇ, ਕੋਈ ਝੂਠੇ ਆ ਅਤੇ ਕੋਈ ਅਧੂਰੇ ਆ। ਸਾਨੂੰ ਉਹ ਚਾਹੀਦਾ ਮਹਾਂਪੁਰਖ ਜਿਹਨੇ ਸੱਚ ਦੀ ਕਮਾਈ ਕੀਤੀ ਹੈ, ਜਿਹਨੇ ਨਾਮ ਦੀ ਕਮਾਈ ਕੀਤੀ ਹੈ। ਜਿਹੜਾ ਨਾਮ ਜਪਦਾ ਹੈ ਉਹੀ ਜਪਾਏਗਾ, ਜਿਹਨੇ ਨਾਮ ਜਪਿਆ ਨਹੀਂ ਉਹ ਕੀ ਜਪਾਏਗਾ। ਇਹ ਨਹੀਂ ਕਿ ਅੰਦਰ ਇੱਕ ਨਾਮ ਹੀ, ਅੰਦਰ ਬਹੁਤ ਕੁਛ ਆਉਂਦਾ ਹੈ। ਜਦੋਂ ਇਹ ਨਾਮ ਜਪਦਾ ਹੈ ਇਹਨੂੰ ਬੜਾ ਕੁਛ ਅੰਦਰ ਮਿਲਦਾ ਹੈ। ਹੁਣ ਜਿਹਨੇ ਜਪਿਆ ਹੈ ਉਹਨੂੰ ਪਤਾ ਹੈ ਇਹ ਕਿਸ ਤਰ੍ਹਾਂ ਅਸੀਂ ਇੱਥੋਂ ਲੰਘਣਾ ਹੈ। ਜਿਹੜੇ ਰਸਤੇ ਆਉਂਦੇ ਆ ਬੜੇ ਔਖੇ ਆਉਂਦੇ ਆ, ਆਪ ਘੱਟ ਘੱਟ ਹੀ ਰਾਮ ਕੀ ਜਾਂ ਚੜ੍ਹ ਰਹੇ ਕਬੀਰ। ਕਬੀਰ ਸਾਹਿਬ ਜੀ ਮਹਾਰਾਜ ਪਰਵਾਉਂਦੇ ਆ ਬੜੀ ਔਖੀ ਘੱਟ ਹੀ ਹੈ, ਪਰ ਕਹਿੰਦੇ ਮੈਂ ਇਕੱਲਾ ਹੀ ਚੜ੍ਹ ਰਿਹਾ, ਕੋਈ ਹੈ ਹੀ ਨਹੀਂ ਰਸਤੇ ਦੇ ਵਿੱਚ, ਕੋਈ ਨਹੀਂ ਕਹਿੰਦੇ ਮਿਲਦਾ। ਕਿਉਂ? ਸਾਰੇ ਅਸੀਂ ਦੂਸਰੀ ਪੂਜਾ ਕਰ ਰਹੇ ਹਾਂ। ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਆ, ਉਹਨਾਂ ਨੇ ਆਪਣਾ ਤਜਰਬਾ ਬਾਣੀ ਵਿੱਚ ਲਿਖਿਆ ਹੈ, ਇਹ ਨਹੀਂ ਕਿ ਸੁਣੀ ਸੁਣਾਈ ਗੱਲ ਲਿਖ ਦਿੱਤੀ ਹੈ। ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਇਹ ਕੋਈ ਕਥਾ ਕਹਾਣੀਆਂ ਨਹੀਂ ਹੈ, ਨਾ ਸੁਣੀ ਸੁਣਾਈ ਗੱਲ ਹੈ, ਇਹ ਸੰਤਾਂ ਦੇ ਆਪਣੇ ਤਜਰਬੇ ਆ, ਔਰ ਪੂਰੀ ਪੂਰੀ ਗੱਲ ਢੁੱਕਦੀ ਹੈ ਸੰਤਾਂ ਦੇ ਉੱਪਰ, ਜੋ ਵੀ ਉਹਨਾਂ ਨੇ ਬਾਣੀ ਵਿੱਚ ਕੀਤੀ ਹੈ ਔਰ ਸੱਚ ਨਾਲ ਤੌਲਦੀ ਹੈ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਵਾਰੀ ਵਾਰ ਉਹ ਗੰਗਾ 'ਤੇ ਗਏ, ਗੰਗਾ ਇਸ਼ਨਾਨ ਕੀਤੇ, ਜੱਗ ਮੋਸ਼ੇ ਵੀ ਕੀਤੇ, ਦਾਨ ਪੁੰਨ ਵੀ ਕੀਤੇ, ਪਰ ਉਹਨਾਂ ਨੂੰ ਮਿਲਿਆ ਕੁਛ ਵੀ ਨਹੀਂ, ਇਹਨਾਂ ਵਿੱਚੋਂ ਨਹੀਂ ਉਹਨਾਂ ਨੂੰ ਕੁਛ ਮਿਲਿਆ। ਜਦੋਂ 22ਵੀਂ ਵਾਰ ਉਹ ਆ ਰਿਹਾ ਸੀ, ਉਹਨਾਂ ਦਾ ਦੋਸਤ ਬ੍ਰਾਹਮਣ ਸੀ ਇੱਕ, ਉਹਦੇ ਨਾਲ ਬੜੀ ਦੋਸਤੀ ਸੀ, ਕਹਿਣ ਲੱਗੇ ਵੀ ਅੱਜ ਖਾਣਾ ਮੇਰੇ ਘਰ ਖਾਣਾ ਹੈ। ਉਹ ਆ ਗਿਆ ਉਹਨਾਂ ਦੇ ਘਰ, ਖਾਣਾ ਪਰੋਸ ਦਿੱਤਾ ਗੁਰੂ ਸਾਹਿਬ ਨੇ। ਉਹ ਖਾ ਰਿਹਾ ਸੀ ਖਾਣਾ ਅਤੇ ਕਹਿਣ ਲੱਗਾ, ਅਮਰੂ ਤੇਰਾ ਕੋਈ ਗੁਰੂ ਵੀ ਹੈ? ਕਹਿਣ ਲੱਗੇ ਮੇਰਾ ਤਾਂ ਕੋਈ ਗੁਰੂ ਨਹੀਂ ਹੈ, ਜਿੱਥੇ ਬੁਰਕੀ ਰੱਖੀ ਪੌੜੀ ਸੀ ਉੱਥੇ ਰੱਖ ਦਿੱਤੀ, ਔਰ ਬੜ ਬੜਾਉਣ ਲੱਗ ਪਿਆ। ਕਹਿੰਦਾ ਮੈਂ ਇੱਕ ਨਗੂਰੇ ਦੇ ਹੱਥੋਂ ਖਾਣਾ ਖਾ ਲਿਆ, ਮੇਰਾ ਸਾਰਾ ਕੁਛ ਖਤਮ ਹੋ ਗਿਆ। ਭਾਈ ਤੂੰ ਨਗੂਰਾ ਹੈ, ਔਰ ਨਗੂਰਾ ਆਦਮੀ ਜਿਹੜਾ ਆ ਇਹਦੇ ਹੱਥੋਂ ਮੈਂ ਖਾਣਾ ਖਾ ਕੇ ਔਰ ਉਹ ਮੇਰਾ ਸਾਰਾ ਕੁਛ ਪੁੰਨ ਦਾਨ ਜੋ ਵੀ ਕੀਤਾ ਤੂੰ ਖਤਮ ਕਰ ਦਿੱਤਾ। ਉਹ ਬੜ ਬੜਾਉਂਦਾ ਹੋਇਆ ਚਲਾ ਗਿਆ, ਪਰ ਜਿਹੜੀ ਛਾਪ ਗੁਰੂ ਸਾਹਿਬ ਦੇ ਦਿਲ 'ਤੇ ਛੱਡ ਗਿਆ, ਉਹ ਗੁਰੂ ਸਾਹਿਬ ਜੀ ਤੜਪਦੇ ਰਹੇ ਕਿ ਮੈਂ ਇਤਨਾ ਮਾੜਾ ਹੈ, ਮੈਂ ਇਤਨਾ ਨਿਕੰਮਾ ਹੈ। ਰਾਤ ਨੂੰ ਜਦ ਬਿਸਤਰੇ 'ਤੇ ਗਏ ਫਿਰ ਨੀਂਦ ਕਿੱਥੋਂ ਪਵੇ, ਫਿਰ ਨੀਂਦ ਨਹੀਂ ਆਈ, ਸਾਰੀ ਰਾਤ ਪਾਸੇ ਪੜਦੇ ਰਹੇ। ਜਦੋਂ ਤੜਕਾ ਹੋਇਆ, ਸਵੇਰ ਵੇਲਾ ਹੋਇਆ ਤੜਕਾ, ਤਾਂ ਇੱਕ ਕੰਨਾਂ ਦੇ ਵਿੱਚ ਆਵਾਜ਼ ਪਈ, ਜੇ ਸੋ ਚੰਦਾ ਹੁਕਵੇ ਸੂਰਜ ਚੜੇ ਹਜ਼ਾਰ, ਇੱਤੀ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜਦੋਂ ਇਹ ਆਵਾਜ਼ ਕੰਨਾਂ 'ਚ ਪਈ, ਹੁਣ ਬਾਣੀ ਜਿਹੜੀ ਹੈ ਇਹ ਪ੍ਰੇਮੀ ਦੇ ਲੱਗਦੀ ਹੈ,
जिहड़े प्रेमी हुंदे आ जिन्हां दे विच तड़फण हुंदी है कि बाणी उन्हां नूं कायल करदी है। चौथी पातशाही महाराज फरमाउंदे आ अंतर प्यास उठी प्रभ केरी सुण गुर बचन मन तीर लगैया मन की बैठा मन ही जाने अवर के जाने को पीर भरैया। कहिंदे जदों अंदर बेरम दी अंदर तड़प उठदी है रब नूं मिलण दी कहिंदे जदों बाणी विच तिखे तीरां दी तरह वजदी है। हुण बाणी दा ही रोज़ सुणदे हां कदी तिखे तीरां दी तरह वजी है कदी असीं घायल होए हां कदी सानू प्यार आया कदी बराग आया ये उन्होंने आता जिन्ह के अंदर तड़प है प्रभु को मिलन की। गुरु साहब के अंदर तड़प सी तड़पते ही सारी रात जो ये बाणी सुनी तो तिखे तीर की तरह खुप गई घायल हो गए। गुरु साहब जी उठे अपने बिस्तरे तो उठ के देखिया बे कौन बाणी पढ़ती है। उन्होंने भतीजा नौ बीबी अमरो बाणी पढ़ रही थी। हुण बाणी पढ़न विच भी बड़ा फर्क है। कई बीबियां शब्द पढ़ लिया खिच पा दें प्यार पा दें रब का प्यार पैदा हो जाता है। हुण जिन्हां दे अंदर प्यार नहीं उन्हां दा शब्द वह कुछ भी नहीं करदा। इस तरह वह प्यार नाल बाणी पढ़ी सी। गुरु साहब जी पुछदे आ कि तू किन्हां दी बाणी पढ़ रही है। अपने पिता का इशारा दिता कि गुरु नानक देव जी की गद्दी ते विराजमान ने मैं उन्होंने बाणी पढ़नी है। गुरु साहब ने कहा भी असी तो बहुत बेर उन्होंने को गए सानू तो कोई यहोजी चीज़ दिसी नहीं उन्होंने कह लगी तुम कौड़ों बन के जाते ही वह कौड़ों बन के थोड़ा आदरवान कर देंगे तुम समझे ही नहीं उन्होंने मां पर तुम लैन गए ही नहीं कुछ नहीं देना भी सी ये कह लगे भी मैनू लै चल उन्होंने पास। बीबी कह लगी भी मैं उन्होंने हुक्म तो बिना नहीं जाती जे मैं बुला के मैं चल जाऊंगी। कह लगे क्यों प्यार सी अंदर कहते भी सहरे तो पिता के बच्चे की फर्क होंगे कहती कोई भी नहीं कहते फिर मेरा हुक्म मन मैं तेरा पिता ही हाँ मैनू लै चल उन्होंने पास। उन्होंने पास लै गई कह लगे वह अगों आदरमान जब कर लगे कहते हम आदरमान ना करो मैं कौड़ों बन के नहीं आया मैं हम थोड़े दर का भखियारी बन के आया मेरे से कृपा करो दया करो मैनू कोई सेवा बख्शो मैनू नाम दान दो। महाराज ने देखा भी ये अंदर बड़ा माण है हंकार है ये अंदर क्यों बाई बेरे ने गंगा से इनान किया है पुन दान भी किए है। हुण जो माण अंदर हो फिर वह दौलत काम नहीं करती सतगुर जोड़ा है वह चाहता नहीं ये अंदर माण हो चाहता ये अंदर मैं कोई चीज़ रख देव वो ये अंदर ठहर जाए। सो उन्होंने सख्त तो सख्त सेवा दस दी बी अगे तीर्थों का इनान तू करता ही हम तीर्थों तो पानी लिया के सानू इनान कराया गया। 12 मील का सफर सी 6 मील जाना 6 मील आना कोई सौखा काम नहीं है। इस तरह गुरु साहब जी सेवा करते रहे कली सेवा ही की इली दे नाल केस बन के उन्होंने भजन बंदगी भी की नाम भी जपया उन्होंने ये नहीं कि सेवा ही की है। असी मार कितों खाने अभी सेवा करते रहने नाम असी जपते ही एक आदमी सेवा करता ही जेरे असी क्या भाई तू कभी भजन पर नहीं बैठा कहता भाई भजन नहीं होना सेवा भावें मेरे को लगातार कहता 1 महीना करा लो 24 घंटे लेकिन भजन पर नहीं बैठना। देखो सेवा कर सकता है भजन पर नहीं बैठ सकता किन्ना औखा है समझे। गुरु साहब ने किली नाल केस बन के सेवा भी की और बंदगी भी की शब्द की कमाई भी की उन्होंने। जो अंदर उन्होंने अंदर वो शब्द आया नाम जो प्रगट होया फिर उन्होंने बाणी च लिखिया कि हर की पूजा दुर्लभ है संत। ये पता लगा कि हरि कित्थे रहिंदा और हरि नूं मनाउण वाला कौन है फिर गुरु की तारीफ की है संतो गुरमुख पूरा पाई नामो पूज कराई कि पूजा दसी है ते नाम की पूजा दसी
कि नाम की जिहड़ी पूजा है ये सारे नौतों पूजा है। हाथी के पाँव में सब का पाँव, हाथी का पैर सब तो वड्डा हुंदा है। इस तरह जिहड़ा नाम है सारिया पूजा इहदे विच आ जांदियां। जदों अहीं नाम जपांगे हर चीज़ साढ़े पास आ जानी है। जिन्हां की असीं पूजा कर रहे हैं देवी देवत्यां की, वह देवी देवते भी तरसणगे तुहाडे धूड़ नूं, साधु की धूड़ नूं तरसदे आ। ये देवी देवते भी जिहड़े आ संतां दे दरबार विच आ के सेवा करदे आ वी साडी मुक्ति हो जावे, लेकिन असीं जीव जिन्हां पासों मुक्तियां मंगदे। जिस वक्त भाई लहना देवी दे जांदा हुंदा सी, किसी ने दस पाई कि तू एक बारी महापुरखों के दर्शन करके आ। श्री गुरु नानक देव जी महाराज उस वक्त विराजमान सन करतारपुर, कह लगे भी एक बारी दर्शन करे मन्ने ना, कहता मैं देवी नूं मन्न। वो कह लगा भी तू इदा कर, तू दर्शन ही करने तेनों कोई फर्क पैंदा है? कहता ठीक है। जथा ला के चला गया, उन्होंने कह लगा जथे ने भी तुम इतने थोड़ा इंतजार करना, मैं महापुरखों के दर्शन कर। भाई लहना जब तुरया तो अगो गुरु साहब जी घोड़ी लैके आ रहे। भाई लहना पुछ रहा है भी मैं गुरु साहब के दरबार से जाना है उन्होंने दर्शन करने, कहते घोड़ी से बह जा तेन लै चल जी। हम घोड़ी से भाई लहना बैठे आ और गुरु साहब जी घोड़ी ले जा रहे, आप तुर के जा रहे। जदों उत्थे पहुँच गए गुरु साहब ने कहा भाई मैं घोड़ी बन के बनता है, तू अंदर उन्हें दर्शन करे। भाई लहना उतर के जो जान लगा तो एक लड़की उत्थे झाड़ू दिंदी थी, उन्हें पुछदे आ भी तू कौन है? कहिंदी मैं उही हाँ जिथे तू जा रहा है, जिथे तू जाता है मैं उही देवी हाँ, मैं उही माता हाँ, इतने की करती हाँ, तू इतने झाड़ू फेर रही है। कहिंदी मैं मुक्ति वास्ते इतने झाड़ू फेरनी हाँ, जो कुछ भी मिलना है इन्हां दे दरबार विचों मिलना है, जाइदा मेरे पास पर मुक्ति नहीं तेरी होनी। जदों अगे गया भाई लहना तो गुरु साहब जी विराजमान सन, देखिया भी यही गुरु नानक देव जी। बड़ा शर्मिंदा होया, कहिंदा महाराज जी मैनू नहीं पता भी तुसी हो। गुरु साहब जी कहन लगे भई असी कुछ तेरा देना आ, जिहड़े लैणेदार हुंदे आ घोड़ी ते चढ़ के ही आउंदे। उसे वक्त भाई लहने ने सारा कुछ छड़ दिता और गुरु साहब के दरबार में उन्हों का ही हो गया। गुरु नानक देव जी के लड़ लगा और सारी उम्र उन्होंने बताई है, और देखो उन्होंने गुरु साहब जी ने किन्ने टैस्ट लै उन्हें। भाई लहना पास होंदा गया, 67 टैस्ट लै उन्होंने, फिर गुरगद्दी दिती है। ये सेवा एवं नहीं मिलती कितने, ये बहुत टैस्ट देने पैंदे आ, और जिहड़ा गुरु पूरा है वह मिलता भी टैस्ट है। तो गुरु साहब जी जो फरमा रहे हैं कि नाम की पूजा जिहड़ी है और गुरमुख जिहड़े आ उन्होंने पता है किदां नाम जपाउणा है, वो नाम जपाउणगे, वो दसणगे कि किदां नाम पूजा। हाँ जी, संतो गुरमुख पूरा पाई नाम पूज कराई, हर बिन सब किछ मैला संतो क्या हो पूज चढ़ाई। गुरु साहब जी गुरु अमरदास जी महाराज हुण सारिया चीजा जिहड़ियां हैं मैलियां दस रहे हैं कि उहदी पूजा जिहड़ी नाम की है वह एक सच्ची पूजा है। बाकी असीं जितनिया भी पूजा कर रहे हैं ये सारिया मैलियां आ। कहिंदे असीं उहदे अग्गे कहिड़ी पूजा अर्पण करिए जिहड़ा मालक खुश हो जाए, वो एक नाम ही है। बाकी जो मर्जी असीं करेंगे, जपता पूजा पाठ वर्त नृत जो मर्जी करिए, ये मालक ने खुश नहीं होना। श्री गुरु रविदास जी महाराज उन्होंने जो पूजा छड़ दी तो रामानंद के कोल शिकायत की
कि महाराज तुसी तां एवी उहनूं उकीला बनाया, उहनूं एवी बनाया, एक उह नीवी जात है, एक तुसी चेला बना बैठे, बई उह तां पूजा छड्ड बैठा है। कहिंदे लियाओ मेरे पास। गुरु साहब नूं सद्या, कहिण लगे बई वाकिया ही तूं पूजा छड्ड दित्ती है। कहिंदे महाराज जी पूजा तां मैं छड्डी नहीं है, तूं कहिड़ी पूजा करदा? कहिंदे जिहड़ी मैं पूजा करदा उह असली पूजा करे। हुण इह असीं कही जांदे वी उहनां दा गुरु सी, पर की पता गुरु साहब जी ने उहनूं वी अकल देनी सी। ये जरूरी नहीं है कि वह गुरु सी। कई बार सिख जिहड़ा आ इह समझाउण लई उहदे पास चले जांदा है, कहिण लगे वी पूजा की समगरी लै के आ। हुण महाराज फरमाउंदे हुंदे कई बारी कि जदों फुल पैंदा है उहदे पिछे जिहड़ा फरूट है फल है वह भी आ जांदा है। जदों फल वड्डा हुंदा है ते जिहड़ा फल जिहड़ा फुलिया वह अपने आप डिग जांदा है। इसे तरह जदों असीं बाहरली पूजा करदे हाँ, हुण जिहड़ा नाम है इह दो तरह का, एक वर्णात्मक एक तुलनात्मक नाम है। हुण सानू वर्णात्मक नाम दिता है संतां ने, असीं इह जपदे हाँ, है इह बाहरला ही आ, निकल पढ़न बोलण विच आउंदा है, पर इहदे नाल उह नाम असीं कढ़ना है। जिस तरह बाहरों असीं पाणी पाउंदे हाँ, नलका जां लाउंदे हाँ, पाणी आ जांदा है पर बाहर नहीं आउंदा जिन्ना चिर पंज सत बाल्टियां नहीं पाउंदे। इसे तरह गुरनात्मक शब्द जिहड़ा नाम है इहदे नाल असीं अंदरला तुलनात्मक नाम असीं कढ़ना प्रगट करना है। और महाराज फरमाउंदे हुंदे जदों फल पक जांदा है जिहड़ा फुल हुंदा अपने आप डिग जांदा है। श्री गुरु रविदास जी महाराज फरमाउंदे आ वी जदों अंदरों मैनूं उह शब्द मिल गया, नाम मिल गया, फिर मैं इह पूजा छड्ड दित्ती। कहिंदे वी समगरी लै के आ। महाराज कहिंदे की लियावां? कहिंदे सुच्चा दुध लै के आई, सुच्चे फुल लै के आई, सुच्चा पाणी लै के आई और सुच्ची चंदन लै के आई। गुरु रविदास जी महाराज चल गए। जदों देखिया उन्हां दुध लैण जद गए तां पहलां बछड़े ने चुंघिया, फिर उन्हां ने चुंघ लिया, सोचिया इह वी झूठा हो गया है। जदों पाणी लैण गए, जल लैण गए तां उत्थे गड्डूआं मच्छियां, कहिंदे इह वी गंदा है। फिर जदों चंदन लैण गए उत्थे सप्पां ने डक मारे, ये चंदन ठंडा हुंदा है, सप्पां ने उत्थे इकरावे भरे, कहिंदे इह वी झूठा है, इह वी मैड़ा, इह वी झूठा हो गया है। गुरु साहब जी वापस आ गए, कहिंदे वे समगरी लिया, कहिंदे महाराज तुहाडे कहण दे मुताबक कोई भी चीज सुची नहीं है, सारियां झूठियां आ। कहिंदे उहदे मालिक दे अगे चीजां असीं किद्दां चढ़ावांगे जद है ही झूठियां, नाले उहदी चीज उहने अगे असीं किद्दां चढ़ा सकदे हां। हुण जे गां दा दुध गां अगे चढ़ाईए तां किन्नी मूर्खता है, उहना उह खुश हो जाएगी। इसे तरह की मालिक खुश हो जाएगा असीं जो भी कर्म कांड करदे। श्री गुरु रविदास जी महाराज फरमाउंदे, राम मैं पूजा कहाँ चढ़ा, फल और फूल अनूप ना पाऊं, धन हर दुध जो बछड़ जठारी, ऊप पवर जल मीन बगाड़ी, मन ही पूजा मन ही धूप, मन ही में सहज स्वरूप, पूजा अर्चा न जानू तेरी, कह रविदास कवन गत मेरी। श्री गुरु रविदास जी महाराज फरमाउंदे आ, ए मालक ये सब कुछ झूठा है। कहिंदे तेरे अगे की चढ़ावां, कहिंदे तेरी गति नूं मैं जान नहीं सकदा, पर मेरे अंदर वो एक नाम है, मैं नाम दी पूजा करदा हां, मैं नाम ही तेरे अगे अर्पण करांगा। नाम दी तारीफ कर रहे हैं श्री गुरु रविदास जी महाराज कि उहनां दी जिहड़ी पूजा है मालक दी वह एक नाम है, असीं नाम जिहड़ा है वही जपना है, बाकी कोई पूजा की लोड़ नहीं है। जो भी असी कर रहे हैं जिस तरह भाई साहब ने फरमाया, जे असी सेवा करांगे साडे हाथ पैर जिहड़े आ निर्मल हो जाएंगे, जे साधुओं के दर्शन करांगे अखां निर्मल हो जाएंगी, जे असी धन की सेवा करांगे धन पवित्र हो जाएगा,
ਇਹ ਚੀਜ਼ਾਂ ਜਿਹੜੀਆਂ ਆ ਸੰਤਾਂ ਦੇ ਪਾਸ ਆ ਕੇ ਪਵਿੱਤਰ ਹੁੰਦੀਆਂ ਆ। ਜੇ ਅਸੀਂ ਉਹਨਾਂ ਦੇ ਸਤਸੰਗ ਵਿੱਚ ਆਵਾਂਗੇ, ਉਹਨਾਂ ਦੇ ਪਾਸ ਆਵਾਂਗੇ। ਹੁਣ ਸਾਧੂ ਕੇ ਸੰਗ ਕੁਛ ਨਹੀਂ ਘਾੜ, ਸਾਧੂ ਕੇ ਦਰਸ਼ਨ ਭੇਟਤ ਬਹੁਤ ਨਿਹਾਲ। ਪੰਜਵੀਂ ਪਾਤਸ਼ਾਹੀ ਮਹਾਰਾਜ ਫਰਮਾਉਂਦੇ ਆ, ਭਾਈ ਜੇ ਤੂੰ ਸਾਧੂ ਦੇ ਪਾਸ ਆ ਜਾਵੇ, ਤੈਨੂੰ ਕੋਈ ਘਾਲ ਕੰਮ ਦੀ ਨਹੀਂ ਲੋੜ। ਇੱਕ ਦਰਸ਼ਨ ਕਰਨ ਨਾਲ ਹੀ ਉਹ ਨਿਹਾਲ ਹੋ ਸਕਦਾ। ਉਹਨਾਂ ਦੇ ਦਰਸ਼ਨ ਦਾ ਇੰਨਾ ਫਾਇਦਾ ਹੈ, ਸਾਧੂ ਦਾ ਦਰਸ਼ਨ ਪੂਰਨ ਇਸ਼ਨਾਨ, ਤੇਰਾ ਪੂਰਾ ਇਸ਼ਨਾਨ ਹੋ ਜਾਂਦਾ ਹੈ। ਤੈਨੂੰ